चीज है जो थले आ सकती पर ऊपर नहीं जा सकती। ला दिमाग कुछ दिमाग हो लावे हर एक बुढ़ा हो गया हरकत न्याणे वाली इहदी वेलकम बैक सत श्री अकाल सारिआं नूं एंड दिस इज़ आर चैनल टी वी 16 वाले सो वेलकम करदा सारिआं दा। सो अज है विसाखी का दिन सो अज आप जा रहे हैं विसाखी का मेला वेखण श्री आनंदपुर साहब। सो जुड़े रहो वीडियो के नाल तुहानूं दसदे आं नाल नाल जिथे जिथे घूमांगे गुरद्वारा साहब तुहानूं सरोवर के दर्शन भी करावांगे। अज सरोवर वल जाना है भाई साहब कि जावांगे जिथे भाजी तुसीं कहोगे आपां उत्थे जाण नूं तैयार हां। बनते ब्लॉगर तेल खत्म कर लिया इन्होंने देख लो जब पुगदा नहीं तो बुलट लेना नहीं चाहिए। ओए जब पुगदा नहीं ना तो बुलट नहीं लेना होता ठीक है। सो हाँ जी तख्त श्री केसगढ़ साहब पहुँच चुके हैं आपां ते साडा प्लैन है कल चंडीगढ़ जाण दा ते उहदा ब्लॉग आऊँगा इस तों बाद। ਇਹਦਾ ਪਤਾ ਲੱਗਿਆ ਸਤਿ ਜੀ ਨਾਮ ਦੇ ਜਵਾਨਾਂ ਲੈ ਕੇ ਰੋਕੇ ਜੇ
ਓਏ ਪ੍ਰੀਤ ਤੂੰ ਵੀ ਨਹੀਂ ਲੈਣੀ ਹੈ ਕਿੱਧਰ ਰਹਿ ਗਿਆ ਆ ਜਾ ਵਾਹ 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 ਕਿਆ ਬਾਤ ਹੈ ਤੋੜਨਾ ਨਹੀਂ ਭਰਾਵਾ ਹੁਣ ਜਿਹੜਾ ਇੱਥੇ ਤੱਕ ਵੀਡੀਓ ਤੱਕ ਪਹੁੰਚ ਗਿਆ ਠੀਕ ਹੈ ਉਹ ਸਬਸਕ੍ਰਾਈਬਰ ਜਿਹੜੇ ਸਾਡਾ ਹੋਣਾ ਨਵਾਂ ਉਹਨੂੰ ਆਪਾਂ ਇਹ ਗਿਫਟ ਕਰਨੀ ਪਰ ਆ ਜਿਹਨੇ ਲਾਈਕ ਸਬਸਕ੍ਰਾਈਬ ਨਾ ਕੀਤਾ ਆ ਦੇ ਕਿਰਪਾਨ ਕਿਆ ਕਰਨੀ ਯਾਰ ਚਲੋ ਯਾਰ ਆਜੋ ਅਮਰਿੰਦਰ ਪਤਾ ਛੋਟਾ ਹੁੰਦਾ ਕਿਆ ਕਰਦਾ ਤਾ ਇਹਨਾਂ ਨਾ ਯਾਰ ਇਹਦੇ 50 ਰੁਪਏ ਹੋ ਗਏ ਨਾ ਇਹਨਾਂ ਵਿੱਚੋਂ ਉਬਾਜ ਜਿਹਾ ਪਸਾਣਾ ਇਹਨੇ ਪੈਸੇ ਕੱਢਣੇ ਫਿਰ ਇਹ ਹਾਲ ਹੁੰਦਾ ਰਹੀ ਦਾ ਗੰਦੇ ਆ ਕਿੱਦਾਂ ਅਮਰਿੰਦਰ ਗੋਲਗੱਪੇ ਕਿਹਨੇ ਖਿਲਾਣੇ ਗੋਲਗੱਪੇ ਕਿਹਨੇ ਖਿਲਾਣੇ ਹੈ ਕਿਹਨੇ ਦੱਸੋ ਯਾਰ ਭੁੱਖ ਲੱਗੀ ਵੀ ਖਾ ਲੈਣੇ ਨਾ ਉਸ ਤੋਂ ਬਾਅਦ ਵੀ ਜੁੜੇ ਰਹੋ ਇਹ ਤੁਹਾਨੂੰ ਪਤਾ ਹੁਣ ਤਾਂ ਇਹਨੇ ਮੈਂ ਕਰਤੀ ਉਹ ਬਾਅਦ ਚ ਦੇਖਿਓ ਹੁਣ ਦੇਖਿਓ ਇਹਨੇ ਕੋਈ ਪੈਸਾ ਨਹੀਂ ਲੈਣਾ ਬਾਅਦ ਚ ਫਿਊ ਆਵਰਸ ਲੇਟਰ ਸੋ ਖਾਣੇ ਆ ਗੋਲਗੱਪੇ ਟੈਕਨੀਕਲ ਪ੍ਰੋਬਲਮ ਆ ਗਈ ਤੇ ਸਾਡਾ ਬੈਟਰੀ ਘੱਟ ਹੋਣ ਕਰਕੇ ਨਾ ਅਸੀਂ ਚੱਲੇ ਜਦ ਅਸੀਂ ਦੇਖਿਆ ਨਾ ਕਿ ਸਾਨੂੰ ਇਸ ਵਾਰ ਫੰਡ ਘੱਟ ਪਏ ਜਾਂ ਯੂਟਿਊਬ ਤੇ ਅਸੀਂ ਵਾਪਸ ਆ ਗਏ ਉਹ ਯਾਰ ਮੈਨੂੰ ਪਤਾ ਕਿਆ ਗੱਲ ਚੰਗੀ ਲੱਗੀ 10 ਰੁਪਏ ਦਾ ਮਨਿੰਦਰ 3 ਗੋਲ ਗੱਪੇ ਕੌਣ ਦਿੰਦਾ ਯਾਰ ਅਸੀਂ ਇਹੋ ਜਿਹੇ ਬੰਦੇ ਕੋਲ ਖਾਣੇ ਹੀ ਨਹੀਂ ਹੈਗੇ ਸਹੀ ਗੱਲ ਹੈ ਯਾਰ ਚਲੋ ਯਾਰ ਹੁਣ ਥੱਲੇ ਦੇਖਦੇ ਕੋਈ ਵਧੀਆ ਯਾਰ ਬਹੁਤ ਦੁੱਖ ਲੱਗਿਆ ਯਾਰ 10 ਰੁਪਏ ਦੇ 3 ਗੋਲ ਗੱਪੇ ਬੜੀ ਗਲਤ ਗੱਲ ਹੈ ਬਾਈ ਇਹ ਤੂੰ ਸੁਣਦਾ ਨਾ ਗੋਲ ਗੱਪਿਆਂ ਵਾਲਿਆ 6 ਕਰਦੇ 10 ਦੇ ਤਾਂ ਹੀ ਜਾਣਾ ਅਗਲੀ ਵਾਰ ਅਸੀਂ ਤੇਰੇ ਕੋਲ ਹੈਨਾ ਮਨਿੰਦਰ ਚਲੋ ਯਾਰ ਚੰਦਰਪਾਲ ਕੋ ਜਾਣਾ ਕਿ ਲੰਗਰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪਰ ਉਹਨਾਂ ਨੇ ਆਪਣੇ 20 ਰੁਪਏ ਭੁੱਖੇ ਸਾਧੂਆਂ ਨੂੰ ਭੋਜਨ ਖਿਲਾਉਣ ਲਈ ਸ਼ੁਕਰ ਹੈ ਭਰਾ ਇੰਨਾ ਤਾਂ ਤੈਨੂੰ ਪਤਾ ਹੀ ਨਹੀਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸਿਰਫ ਗਾਣੇ ਸੁਣਨ ਨੂੰ ਕਰਨ ਔਜਲਾ ਸਿੱਧੂ ਚਾਬੀ ਯਾਰ ਬਿੰਗੀ ਕਰਦੀ ਖੜੀ ਵੀ ਆਪਣੀ ਵੈਸੇ ਤਾਂ ਮੈਂ ਕਿਹਾ ਛੱਡੋ ਕਿਉਂ ਸ਼ੋਅ ਆਫ ਕਰਨਾ ਆਪਾਂ ਬੁਲਟ ਤੇ ਆ ਗਏ ਤੇ ਵੈਸੇ ਤਾਂ ਟੈਂਕੀ ਫੁੱਲ ਹੈ ਪਰ ਚਲੋ ਯਾਰ ਚੱਲਦੇ ਆ ਸੋ ਜਿਹੜਾ ਵੀ ਇੱਥੇ ਤੱਕ ਦੇਖ ਰਿਹਾ ਬਲੌਗ ਲਾਈਕ ਸ਼ੇਅਰ ਕਰ ਦਿਓ ਯਾਰ ਮਿਹਨਤ ਵਾਲੀ ਗੱਲ ਹੈ ਕਰਦੇ ਕਰੋ ਯਾਰ ਕਹਿਣ ਦੀ ਲੋੜ ਨਾ ਪਿਆ ਵਾ ਹੈ ਨਾ ਸਪੋਰਟਰ ਬਣੋ ਸਾਡੇ ਜਿਹੜਾ ਅੱਜ ਸਪੋਰਟ ਕਰੂਗਾ ਨਾ ਕੱਲ੍ਹ ਉਹ ਚੰਗਾ ਟਾਈਮ ਆਊਗਾ ਸਾਡਾ ਫਿਰ ਉਹ ਰੋਵਰ ਜਿਹੜੀ ਮੈਂ ਲੈਣੀ ਯੂਟਿਊਬ ਤੇ ਪਿਆ ਹਾਂ ਤਾਂ ਫਿਰ ਉਹਦੇ ਵਿੱਚ ਸੀਟਾਂ ਪੱਕੀਆਂ ਹੋਣੀ ਤੁਹਾਡੀਆਂ ਠੀਕ ਹੈ ਹਾਂਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਪੰਜ ਪਿਆਰਾ ਪਾਰਕ ਅਤੇ ਇੱਥੇ ਅਸੀਂ ਕੁਛ ਯੂਨੀਕ ਜਿਹਾ ਸੋਚਿਆ ਵਾ ਹੁਣ ਆਪਾਂ ਖੜਾਵਾਂਗੇ ਕੁਸ਼ਚਨ ਆਨਸਰ ਨਹੀਂ ਜਿੱਦਾਂ ਕੋਈ ਰੈਂਡਮ ਜਿਹਾ ਬੰਦਾ ਦੇਖਿਆ ਨਾ ਜਿਹੜਾ ਤਾਂ ਬਈ ਗਾਲਾ ਗੂਲਾ ਦਾ ਕੱਢਿਆ ਠੀਕ ਹੈ ਉਹ ਬੰਦਾ ਫੜੋ ਅਤੇ ਉਹਨਾਂ ਨੂੰ ਆਪਾਂ ਕਰਾਂਗੇ ਕੋਈ ਕੁਸ਼ਚਨ ਥੋੜ੍ਹੀ ਬਹੁਤ
ਕੋਈ ਆਪਾਂ ਵੀ ਕੋਈ ਧਾਰਮਿਕ ਨਹੀਂ ਹੈਗੇ ਯਾਰ, ਆਪਾਂ ਨਾਰਮਲ ਐਜ਼ ਉਦਾਂ ਫਨ ਕਰਾਂਗੇ, ਐਂਟਰਟੇਨ ਪੁੱਛਾਂਗੇ ਕਿ ਤੁਸੀਂ ਕੁਛ ਨਾ ਕੁਛ ਆਪਾਂ ਆਏ ਹੋ ਕਿੱਥੇ, ਆਪਾਂ ਨਾਰਮਲ ਜਿਹਾ ਪੁੱਛਦੇ ਆ ਉਹਨਾਂ ਨੂੰ ਸਵਾਲ ਜਵਾਬ ਕਰਦੇ ਆ ਅਨੰਦਪੁਰ ਸਾਹਿਬ ਰਿਲੇਟਡ ਕਿ ਤੁਸੀਂ ਆਏ ਹੋ ਕਿਉਂ ਆਏ ਹੋ ਇੱਦਾਂ, ਸੋ ਦੇਖਦੇ ਹਾਂ ਕਿਆ ਹੁੰਦਾ, ਅਨਐਕਸਪੈਕਟਡ ਹੈ ਸਾਡੇ ਲਈ ਵੀ, ਸੋ ਬਣੇ ਰਹੋ ਵੀਡੀਓ ਦੇ ਨਾਲ। ਯਾਰ 5 ਮਿੰਟ ਹੋ ਗਏ ਸਾਨੂੰ ਘੁੰਮਦਿਆਂ ਨੂੰ, ਕੋਈ ਨਹੀਂ ਮਿਲਿਆ ਕਿਉਂਕਿ ਥੋੜ੍ਹਾ ਰਸ਼ ਘੱਟ ਹੈ ਪੰਜ ਪਿਆਰੇ ਪਾਰਕ ਦੇ ਵਿੱਚ। ਇੱਕ ਦੋ ਬੰਦੇ ਖੜਾਏ ਕਹਿੰਦੇ ਆਪਾਂ ਕੈਮਰਾ ਕੌਨਸ਼ੀਅਸ ਨਹੀਂ ਹੈਗੇ, ਆਪਾਂ ਕੈਮਰਾ ਛਾਏ ਹੈ, ਅਤੇ ਮੈਂ ਇਹ ਨਹੀਂ ਕੀਤਾ ਯਾਰ ਸ਼ੂਟ। ਹੁਣ ਉਹ ਬੰਦਾ ਖੜਾ ਇੱਕ ਸਾਹਮਣੇ 6 ਫੁੱਟ ਦਾ, ਉਹਨੂੰ ਮੈਂ ਪੁੱਛਦਾ ਹੌਸਲਾ ਜਿਹਾ ਕਰਕੇ, ਦੇਖਦੇ ਬਾਕੀ। ਯਾਰ ਆਹ ਬੰਦਾ ਮਿਲ ਗਿਆ ਸਾਨੂੰ, ਆਹ ਬੰਦਾ ਦੇਖੋ, ਆਹ ਪਛਾਣਿਆ ਤੁਸੀਂ? ਭਾਜੀ ਇੱਕ ਕੁਐਸਚਨ ਕਰਨਾ ਜੀ ਤੁਹਾਡੇ ਤੋਂ। ਦੱਸੋ ਕਰ ਸਕਦਾ? ਕਰੋ ਕਰੋ ਭਾਜੀ। ਤੁਸੀਂ ਕਿੱਥੋਂ ਬਿਲੋਂਗ ਕਰਦੇ ਯਾਰ? ਭਾਜੀ ਮੈਂ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ। ਅੱਛਾ, ਸ਼੍ਰੀ ਅਨੰਦਪੁਰ, ਖਾਸ ਅਨੰਦਪੁਰ ਸਾਹਿਬ ਤੋਂ? ਹਾਂਜੀ ਖਾਸ। ਹਾਂਜੀ ਇੱਥੇ ਕੀ ਕਰਨਾ? ਮੈਂ 3 ਸਾਲ ਬਾਅਦ ਆਇਆ ਕੈਨੇਡਾ ਤੋਂ। ਪੀਆਰ ਹੋ ਕੈਨੇਡਾ? ਹਾਂ ਕੈਨੇਡਾ, ਮੈਂ ਵੈਲ ਸੈਟਲਡ, ਮਾਈ ਫੈਮਿਲੀ ਵੈਲ ਸੈਟਲਡ ਇਨ ਪੀਆਰ। ਅੱਛਾ, ਤੇ ਮੇਰਾ ਦਾਦਾ ਸੀਗਾ ਭਲੇ ਟਾਈਮਾਂ ਚੱਲ ਗਿਆ ਹੋਇਆ ਕੈਨੇਡਾ, ਤੇ ਉਹਦੀ ਹੋਈ ਮਿਹਰਬਾਨੀ ਕਰਕੇ ਆਇਆ ਮੈਂ ਵੀ ਕੈਨੇਡਾ ਹੀ, ਜੰਮਿਆ ਪਲਿਆ ਉੱਥੇ ਹੀ ਆ। ਤੇ 3 ਸਾਲ ਬਾਅਦ ਮੈਂ ਅਨੰਦਪੁਰ ਸਾਹਿਬ ਆਇਆ, ਉਹ ਵੀ ਵਿਸਾਖੀ ਦੇ ਮੇਲੇ ਦੇ। ਇੱਕ ਤੁਹਾਡੇ ਲਈ ਕੁਐਸਚਨ ਹੈ, ਉਹਦਾ ਤੁਹਾਨੂੰ ਪ੍ਰਾਈਜ਼ ਵੀ ਮਿਲੇਗਾ ਅਗਰ ਤੁਸੀਂ ਆਨਸਰ ਕਰੋ। ਕੀ ਪ੍ਰਾਈਜ਼ ਮਿਲੇਗਾ ਭਾਈ ਤੁਹਾਨੂੰ? ਪ੍ਰਾਈਜ਼ ਨਹੀਂ, ਜੇ ਤੁਸੀਂ ਹਾਰੋਗੇ ਉਹ ਸਾਨੂੰ ਫਿਰ ਤੁਹਾਡਾ ਭੁਗਤਾਨ ਵੀ ਕਰਨਾ ਪੈਣਾ ਕੋਈ ਨਾ ਕੋਈ। ਭੁਗਤਾਨ ਤੁਹਾਨੂੰ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ? ਚੱਲ ਠੀਕ ਹੈ, ਤੇਰੇ ਕੋਲ 15 ਸੈਕਿੰਡ ਹੋਣਗੇ ਭਰਾ, ਤੇ ਤੂੰ ਨੇਮ 3 ਕੰਟਰੀਜ਼, ਸਟਾਰਟ ਵਿਦ ਦਾ ਲੈਟਰ ਕੇ। ਕੇ, ਕੋਰੀਆ। 2 3 4 5 6 ਕੋਰੀਆ ਹੋ ਗਈ, 1 7 8 ਇੱਕ ਤੈਨੂੰ ਹਿੰਟ ਦੇ ਦਿੰਦਾ, ਜਿਹੜੇ ਕਾਲੇ ਕਾਲੇ ਹੁੰਦੇ ਯਾਰ ਜਿਹੜੇ। ਕੀਨੀਆ। 2 ਬਾਈ ਤੂੰ ਹੈਲਪ ਕਰਨਾ ਚਾਹੂੰਗਾ ਕੇ ਤੋਂ? ਕੀਨੀਆ ਹੈ, ਆਪ ਨਹੀਂ ਪਤਾ, ਕੋਈ ਹੈਲਪ ਹੈ ਨਹੀਂ, ਦੇਖ ਲੈ। ਹੈਲਪ ਨਹੀਂ, ਕੇ ਤੋਂ ਇੱਕ ਰਹਿ ਗਈ। ਗੱਲ ਮੈਂ ਤੈਨੂੰ ਖੁੱਲਾ ਟਾਈਮ ਦੇ ਦਿੱਤਾ, ਕੇ ਤੋਂ 2 ਹੋ ਗਈਆਂ, ਕੀਨੀਆ ਹੋ ਗਈ ਤੇ ਕੋਰੀਆ ਹੋ ਗਈ, 1 ਹੋ ਗਈ। ਬਾਕੀ ਮੈਨੂੰ ਵੀ ਨਹੀਂ ਪਤਾ ਯਾਰ ਕੇ ਤੋਂ, ਮੈਂ ਤੈਨੂੰ ਟਿਪੀਕਲ ਜਿਹਾ ਦੇ ਦਿੱਤਾ। ਚੱਲ ਮੈਂ ਤੈਨੂੰ ਦਿੰਦਾ ਐਸ ਤੋਂ ਦੇ ਦੇ, ਐਸ ਤੋਂ 4 ਦੇਣੀਆਂ ਪੈਣੀਆਂ। ਐਸ ਤੋਂ ਸਾਊਥ ਅਫਰੀਕਾ, ਸਾਊਥ ਕੋਰੀਆ, ਸਵੀਡਨ, ਸਵੀਡਨ ਐਂਡ ਸਵਿਟਜ਼ਰਲੈਂਡ, ਸਵਿਟਜ਼ਰਲੈਂਡ। ਆਹ ਦੇਖ, ਠੀਕ ਹੈ, ਓਕੇ, ਵਧੀਆ ਹੋ ਗਿਆ। ਸਾਨੂੰ ਇੱਥੇ ਕੋਈ ਨਹੀਂ ਯਾਰ ਮਿਲਿਆ ਹੈ ਮਨਿੰਦਰ, ਆ ਭਰਾ ਮਿਲਿਆ ਇਹਨੇ, ਚੱਲ ਹੈਲਪ ਕਰਤੀ, ਮਨਾ ਕਰ ਰਿਹਾ ਸੀ ਇਹ ਵੀ, ਚਲੋ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ ਬ੍ਰਦਰ। ਤੇ ਸਾਡਾ ਚੈਨਲ ਕਰੋ ਸਬਸਕ੍ਰਾਈਬ YouTube ਤੇ PV16 ਵਾਲੇ ਯਾਰ, ਫੋਨ ਫੜ ਕੇ ਕਰੀਦਾ, ਫੋਨ ਫੜ ਕੇ ਨਹੀਂ। ਕਿੱਥੋਂ ਬਾਈ ਤੁਸੀਂ, ਕਿਹੜਾ ਪਿੰਡ? ਮੈਂ ਵੀ ਪਟਿਆਲੇ ਦੇ। ਪਟਿਆਲੇ ਤੋਂ ਆ ਤੁਸੀਂ? ਠੀਕ ਹੈ, ਹਮਰਾ ਚੈਨਲ ਪਟਿਆਲੇ ਤੇ ਮੈਂ ਜਾਣਾ ਚਾਹੀਏ। ਸਾਰਿਆਂ ਨੂੰ ਸ਼ੇਅਰ ਕਰ ਦੀ ਚੈਨਲ, ਜਿਹੜੇ ਹੁਣ ਦੇਖ ਰਹੇ ਨਾ ਹੁਣੇ ਜਾਓ ਵੀਡੀਓ ਪੋਜ਼ ਕਰੋ ਤੇ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਕੇ ਆਓ ਸਾਰੇ। ਮੇਰਾ ਚੈਨਲ ਹੈਕ ਹੋ ਗਿਆ ਸੀਗਾ। ਸਾਡਾ ਚੈਨਲ ਹੈਕ ਹੋ ਗਿਆ ਯਾਰ, ਇਹ ਆਪਾਂ ਨਵਾਂ ਚੈਨਲ ਸ਼ੁਰੂ ਕੀਤਾ ਹੁਣ। ਮੈਂ ਦੇਖਿਆ ਹੋਣਾ ਕਿਤੇ, ਪਹਿਲਾਂ ਦੇਖਿਆ ਵਾ। ਚਲੋ ਠੀਕ ਹੈ, ਸਟੇ ਟਿਊਨਡ, ਜੁੜ ਰਹੋ ਵੀਡੀਓ ਦੇ ਨਾਲ। ਸਾਨੂੰ ਫੇਲੀਅਰ ਮਿਲਣ ਤੋਂ ਬਾਅਦ ਆਪਾਂ ਗਿਵ ਅਪ ਨਹੀਂ ਕੀਤੀ, ਸਾਨੂੰ ਕੋਈ ਰੈਂਡਮ ਬੰਦਾ ਮਿਲਿਆ ਨਹੀਂ ਚੱਜ ਦਾ, ਸਹੀ ਗੱਲ ਯਾਰ, ਕੋਈ ਸਪੋਰਟ ਨਹੀਂ ਕਰਦਾ, ਮੈਂ ਬੜਾ ਸਰਪ੍ਰਾਈਜ਼ ਹੁੰਦਾ, ਕੋਈ ਸਾਥੋਂ ਪੁੱਛੇ ਆ ਗਏ, ਆਪਾਂ ਤਾਂ ਖੁਸ਼ੀ ਖੁਸ਼ੀ ਵੀਡੀਓ ਦੇ ਵਿੱਚ ਆਈਏ। ਚੱਲ ਕੋਈ ਗੱਲ ਨਹੀਂ, ਲੀਵ ਇਟ, ਹੁਣ ਆਪਾਂ ਚੱਲੇ ਹਾਂ ਰੇਸਾਂ ਦੇਖਣ। ਟਰੈਕਟਰਾਂ ਰੇਸਾਂ ਜੋ ਕਿ ਬਹੁਤ ਹੀ ਵਧੀਆ ਹੁੰਦੀਆਂ ਰੇਸਾਂ, ਉੱਥੇ ਜਾ ਕੇ ਟਰੈਕਟਰ 120 ਜਾਂ 140 ਪਲੱਸ ਜਾਂਦੇ ਨੇ ਟਰੈਕਟਰਾਂ ਦੀਆਂ। ਸੋ ਤੁਹਾਨੂੰ ਦਿਖਾਉਂਦੇ ਹਾਂ, ਜੇ ਤਾਂ ਸਾਨੂੰ ਅੱਜ ਟਰੈਕਟਰ ਮਿਲ ਗਏ ਤਾਂ ਵੀਡੀਓ 1 ਨੰਬਰ ਬਣ ਜਾਏਗੀ ਪੂਰੀ ਚੱਕਵੀਂ ਥੰਬਨੇਲ ਸਮੇਤ। ਯੈਸ, ਸੋ ਦੇਖਦੇ ਹਾਂ ਕਿਆ ਬਣਦਾ, ਮਿਲਦੇ ਹਾਂ ਆਪਾਂ, ਚੱਲਦੇ ਹਾਂ। ਫੋਨ ਆਇਆ ਕਰਦੇ ਰਾਜੇ ਭਰਾ ਦੇ, ਟਰੈਕਟਰ ਲੈ ਕੇ ਆਇਆ ਹੋਇਆ ਸਾਡਾ ਮਾਸੀ ਦਾ ਮੁੰਡਾ ਹੀ ਹੈ, ਉੱਥੇ ਜਾ ਸਟੰਟ ਵਗੈਰਾ ਕਰਦਾ, ਚਲੋ ਦੇਖਦੇ ਹਾਂ ਸਟੰਟ ਕਿੱਦਾਂ ਕਰਦਾ, ਉਹਨਾਂ ਪੁੱਠਾ ਹੀ ਹੋਇਆ ਉੱਥੇ, ਪੁੱਠਾ ਨਹੀਂ, ਉਹਨਾਂ ਗੋਡੇ ਚੇਂਜ ਕਰਵਾਏ ਨਾ ਆਪਣੇ, ਉਹ ਕੀ ਹੋਇਆ ਟਾਇਰਾਂ ਦੀ ਜਗ੍ਹਾ ਗੋਡਿਆਂ ਨਾਲੇ ਦੌੜ ਲੱਗ ਗਏ। ਸੋ ਜਾ ਕੇ ਮਿਲਦੇ ਹਾਂ ਉੱਥੇ ਤੁਹਾਨੂੰ ਜਿੱਥੇ ਟਰੈਕਟਰਾਂ ਦੀਆਂ ਹੁੰਦੀਆਂ ਨੇ ਰੇਸਾਂ, ਜੁੜ ਰਹੋ ਵੀਡੀਓ ਦੇ ਨਾਲ। ਰੇਸਾਂ ਹੋ ਗਈਆਂ ਲੇਟ, ਸੋ ਆਪਾਂ ਆ ਗਏ ਸ਼ਹੀਦੀ ਬਾਗ, ਤੇ ਆਹ ਮੈਨੂੰ ਮੁੰਡੇ ਦਿਖੇ ਆ ਯਾਰ। ਓ ਬਾਈ ਹੈਲੋ, ਐਕਸਕਿਊਜ਼ ਮੀ, ਰੁਕੀ ਇੱਕ, ਮੈਂ ਤੁਹਾਨੂੰ ਨਾ ਕੁਐਸਚਨ ਕਰਨਾ, ਠੀਕ ਹੈ? ਮੇਰਾ ਯੂਟਿਊਬ ਚੈਨਲ ਹੈ PV16 ਵਾਲੇ, ਸਬਸਕ੍ਰਾਈਬ ਕਰਿਓ। ਤੁਸੀਂ ਨਾ 3 ਕੰਟਰੀਆਂ ਦੇ ਨਾਮ ਦੇਣੇ, ਅਸੀਂ ਪਿੱਛੇ ਵੀ ਬਣਾ ਕੇ ਆਏ ਸੇਮ ਵੇਜ ਵੀਡੀਓ, ਵੈਸੇ ਤੁਸੀਂ 3 ਕੰਟਰੀਆਂ ਦੇ ਨਾਮ ਦੇਣੇ, ਠੀਕ ਹੈ? ਤੈਨੂੰ ਕਿਹੜਾ ਲੈਟਰ ਦੇਵਾਂ ਯਾਰ, ਮੈਂ ਤੈਨੂੰ ਸੋਚਣ ਦੇ, ਮੈਂ ਵੀ ਦੇ ਦਿਓ ਕੋਈ ਵੀ ਲੈਟਰ ਦੇ ਦਾਂ ਯਾਰ, ਮੈਂ ਖੁਦ ਕਨਫਿਊਜ਼ ਹੋ ਗਿਆ। ਚੱਲ ਨੇਮ 3 ਕੰਟਰੀ, ਠੀਕ ਹੈ? ਸਟਾਰਟ ਵਿਦ ਦਾ ਲੈਟਰ, ਜੇ ਤੂੰ 3 ਵੀ ਦੱਸ ਦੂੰਗਾ ਤਾਂ ਵੀ ਤੂੰ ਪਾਸ। ਚੱਲ ਏਸ਼ੀਆ, ਏਸ਼ੀਆ
एशिया कंट्री नहीं आई ना कोई कोई नहीं अपने तू फ्रेंड की हेल्प ले सकदा ਤੁਸੀਂ ਹੈਲਪ ਕਰ ਸਕਦੇ ਬ్రో ਇਹ ਤੋਂ ਕੋਈ ਵੀ ਲੈਟਰ ਇਹ ਤੇ ਨਾ ਕੰਟਰੀਆਂ ਦੇ ਹਾਂ ਆਸਟ੍ਰੇਲੀਆ ਤੇ ਅਮਰੀਕਾ ਹੋ ਗਈ ਯਾਰ ਪਤਾ ਮੈਨੂੰ ਵੀ ਨਹੀਂ ਹੈਗੀ ਇੰਨੇ ਵਾਰ ਤੇਰੀ ਹੈਲਪ ਕਰ ਲਈਏ ਕਿਆ ਜੀ ਜੇ ਇਹਨੂੰ ਮੈਂ ਨੇਮ ਫ੍ਰੀ ਕੰਟਰੀ ਸਟਾਰਟ ਵਿਦ ਅ ਲੈਟਰ ਏ ਇਹਨੇ ਦੋ ਦੱਸ ਕੇ ਇੱਕ ਰਹਿ ਗਈ ਆਸਟ੍ਰੇਲੀਆ ਹੋ ਗਈ ਅਮਰੀਕਾ ਹੋ ਗਈ ਅਫਗਾਨਿਸਤਾਨ ਅਫਗਾਨਿਸਤਾਨ ਥੈਂਕ ਯੂ ਵੀਰੇ ਹੈ ਨਾ ਓਕੇ ਥੈਂਕ ਯੂ ਸੋ ਮਚ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਠੀਕ ਹੈ ਭਰਾ ਠੀਕ ਹੈ ਠੀਕ ਹੈ ਉਹ ਯਾਰ ਉਹ ਮੁੰਡਾ ਦੇਖਿਆ ਕਿੰਨਾ ਸਪੋਰਟਿਵ ਦਾ ਆਪੇ ਖੜ ਕੇ ਆਓ ਚਲੋ ਠੀਕ ਹੈ ਹੁਣ ਉਹਨੇ ਸੀਰੀਅਸ ਤੇ ਦੋ ਰੇਸਾਂ ਹੋਣੀਆਂ ਸੀ ਥੋੜੀਆਂ ਲੇਟ ਆਪਾਂ ਆ ਗਏ ਸ਼ਹੀਦੀ ਬਾਗ ਸਾਹਿਬ ਮੱਥਾ ਟੇਕਣ ਸੋ ਦੇਖਦੇ ਆਪਾਂ ਅੰਦਰ ਮੱਥਾ ਗੋਲ ਗੱਪਿਆਂ ਚ ਸਾਡਾ ਫੰਡ ਥੋੜਾ ਘੱਟ ਗਿਆ ਤਾਂ ਆਪਾਂ ਸੋਚਿਆ ਲੰਗਰ ਖਾ ਲੈਣਾ ਅੱਜ ਯਾਰ ਗੋਲ ਗੱਪੇ ਲੱਗੇ ਖਾਣ ਦਸਾਂ ਦੇ ਤਿੰਨ ਗੋਲ ਗੱਪੇ ਬਹੁਤ ਜ਼ਿਆਦਾ ਸਾਡੇ ਹੁੰਦੇ 10K ਸਬਸਕ੍ਰਾਈਬਰ ਤਾਂ ਅਸੀਂ ਖਾ ਲੈਣੇ ਪਰ ਸਾਡੇ 1000 ਹੋਏ ਨੇ ਤੇ ਰੁਜ਼ਗਾਰ ਚੱਲੇ ਨਹੀਂ ਸਾਡਾ ਹਵਾ ਉੱਚੀ ਹੋ ਗਈ ਹਵਾ ਉੱਚੀ ਹੋ ਗਈ ਸੀ ਇੱਧਰ ਹੁਣ 1000 ਸਬਸਕ੍ਰਾਈਬਰ ਟੱਪ ਗਿਆ ਬਲਾਣੇ ਦੀ ਹਟ ਗਿਆ ਦੁਨੀਆ ਹੀ ਜਾਣਦੀ ਹੈ ਤੇ ਆਪਣਾ ਸਬਸਕ੍ਰਾਈਬਰ ਭਰਾ ਏ ਇਹਨਾਂ ਦਾ ਨਾਮ ਦੱਸੋ ਭਰਾ ਆਪਣਾ ਕਿਆ ਹੈ ਹਿਮਾਂਸ਼ੂ ਚੱਲ ਠੀਕ ਹੈ ਹਿਮਾਂਸ਼ੂ ਬ੍ਰੋ ਤੇਰੇ ਲਈ ਕੁਐਸਚਨ ਹੈ ਉਹ ਕਿਹੜੀ ਚੀਜ਼ ਹੈ ਜੋ ਥੱਲੇ ਆ ਸਕਦੀ ਪਰ ਉੱਪਰ ਨਹੀਂ ਜਾ ਸਕਦੀ ਲਾ ਦਿਮਾਗ ਦਿਮਾਗ ਲਾ ਕੁਛ ਤਾਂ ਕਹਿ ਕੁਛ ਦਿਮਾਗ ਹੋਵੇ ਤਾਂ ਲਾਵੇ ਚੱਲ ਠੀਕ ਹੈ ਚੱਲ ਠੀਕ ਹੈ ਇੱਕ ਇੱਧਰ ਇੱਕ ਤੈਨੂੰ ਹੋਰ ਕੁਐਸਚਨ ਹੈ ਸਿੰਪਲ ਹਾਂਜੀ ਹਾਂਜੀ ਟੌਪ 3 ਰਿਚੈਸਟ ਪਰਸਨਾਂ ਦਾ ਨਾਮ ਦੱਸ ਦੇ ਦੁਨੀਆ 'ਚ ਟੌਪ 3 ਟੌਪ ਨਹੀਂ ਕੋਈ ਵੀ 3 ਦੱਸ ਦੇ ਕੌਣ ਸਟਾਰਟ ਕਰੋ ਇੰਡੀਆ ਦਾ ਦੱਸਣਾ ਤੀਜਾ ਯਾਰ ਚੱਲ ਤੂੰ ਕਹਿ ਸਕਦਾ ਮੱਥਾ ਟੇਕ ਲਿਆ ਤੁਸੀਂ ਲੰਗਰ ਲੁੰਗਰ ਖਾ ਲਿਆ ਦੇਖੋ ਮੈਂ ਚਾਹ ਪੀ ਰਿਹਾ ਰੋਟੀ ਰੋਟੀ ਖਾ ਰਹੀ ਫੇਰ ਕੈਮਰਾ ਆਨ ਕਰਕੇ ਬਹਿ ਗਿਆ ਇੰਨਾ ਵੀ ਚੰਗਾ ਨਹੀਂ ਹੁੰਦਾ ਅਮਰਿੰਦਰ ਕੈਮਰਾ ਬ్రో ਇੰਨਾ ਕਿਆ ਗਿਰਨਾ ਕਿਸੇ ਮੋਰ ਕੇ ਵੀਡੀਓ ਚੱਲ ਹੁਣ ਤੂੰ ਕੱਲ ਉਹ ਮਨ ਉਦਾਂ ਕਿਤੇ ਜਾਊਂਗਾ ਤਾਂ ਉੱਥੇ ਵੀ ਕੈਮਰਾ ਖੋਲ ਗਲਤ ਗੱਲ ਹੈ ਯਾਰ ਇਹ ਗਲਤ ਗੱਲ ਹੈ ਪੀੜ ਦੇ ਭਰਾ ਚਾ ਬਾਈ ਇਹ ਨਹੀਂ ਬੋਲੇ ਕਰਦਾ ਇਹਦੇ ਵਿੱਚ ਕੁਝ ਇਹਨੂੰ ਬੁਲਾਇਆ ਕਰਦੀ ਜੀ ਕਿਆ ਇਹਨੂੰ ਬੁਲਾਇਆ ਕਰਦੀ ਜੀ ਬੁਲਾਇਆ ਨਹੀਂ ਕਰਦੀ ਅੱਖਾਂ ਦੇਖ ਕਰਦੀ ਇਹਨੇ ਕੌਣ ਬੁਲਾਇਆ ਕਰਦਾ ਇਹਨੂੰ ਟਰੈਕਟਰਾਂ ਦੀਆਂ ਰੇਸਾਂ ਨਹੀਂ ਹੋਈਆਂ ਯਾਰ ਕਲੋਲ ਹੋ ਗਈ ਸਾਡੇ ਨਾਲ ਫਤੂਲਾ ਹੈ ਗਿਆ ਕਿ ਟਰੈਕਟਰਾਂ ਦੇ ਅਸੀਂ ਦੇਖੋ ਗੁੰਗਾ ਸਾਹਿਬ ਤੱਕ ਜਾ ਕੇ ਆਏ ਤੇ ਬਹੁਤ ਲੇਟ ਹੋ ਗਏ ਹੁਣ ਆਪਾਂ ਗਏ
ਹੁਣ ਆਪਾਂ ਆ ਗਏ ਚੰਡੋਲ ਦੇਖਣ ਹੋਰ ਬਾਬਾ ਜੀ ਠੀਕ ਹੈ ਜੀ ਖੈਰ ਮੈਂ ਪੂਰੇ ਕੈਮ ਯਾਰ ਚੰਡੋਲ ਝੁੱਟਨੇ ਝੁੱਟੀਏ ਬਾਬੇ ਨੇ ਝੁਟਾਣੇ ਸਾਨੂੰ ਯਾਰ ਬੰਦੇ ਆ ਰਹੇ ਜੀ ਫਿਰ ਬਾਬੇ ਨੇ ਸਾਨੂੰ ਫ੍ਰੀ ਝੁਟਾਣੇ ਦੇਖੀ ਜਾ ਸਾਨੂੰ ਆਪਣਾ ਅੱਜ ਸਪਾਂਸਰ ਮਿਲ ਗਿਆ ਮਨਿੰਦਰ ਠੀਕ ਹੈ ਚਲੋ ਯਾਰ ਕਿਸ਼ਤੀ ਦਾ ਝੂਠ ਲਈ ਹੈ ਮਨਿੰਦਰ ਇਹ ਚੰਗੇ ਕੰਮ ਕਰ ਰਿਹਾ ਤੂੰ ਹੁਣ ਜਹਾਜ਼ ਝੂਟਣਾ ਕਿੱਥੇ ਦਾ ਜਹਾਜ਼ ਬਣਨਾ ਅੱਜ ਕੈਨੇਡਾ ਦਾ ਪੀ ਆਰ ਹੈ ਇਹ ਹੁਣ ਜਾਣਾ ਅਸੀਂ ਸਵਾਰ ਕਿੱਥੇ ਟਰਕੀ ਸਵਿਟਜ਼ਰਲੈਂਡ ਚੱਲਦੇ ਆ ਸਵਿਟਜ਼ਰਲੈਂਡ ਕੈਨੇਡਾ ਕਿਹਨਾਂ ਕਿਹਨਾਂ ਪੁੱਜਣਾ ਕਿਤਨੇ ਗਏ 20 ਰੁਪਏ ਕਾ ਜੇ ਕਹਿਣਾ ਮਾਨਤਾ ਏ ਬੁੱਢਾ ਹੋ ਗਿਆ ਹਰਕਤ ਨਿਆਣੇ ਵਾਲੀ ਇਹਦੀਆਂ ਕਿੰਨੇ ਦਾ ਭਾਈ ਕਿੰਨੇ ਦਾ ਭਾਜੀ ਕਿੰਨੇ ਦਾ ਯਾਰ ਬੱਚੇ ਬੜਾ ਦੁਖੀ ਕਰਦੇ ਸੀਗੇ ਮੈਨੂੰ ਮੇਰਾ ਭਤੀਜਾ ਹੈ ਸਹਿਜੂ ਉਹਦੇ ਲਈ ਲੈ ਕੇ ਜਾ ਰਿਹਾ ਹੁਣ ਇੱਕ ਲੈਣਾ ਪ੍ਰੀਤ ਦੇ ਲਈ ਪ੍ਰੀਤ ਲਈ ਲੈਣਾ ਪ੍ਰੀਤ ਲਈ ਬਾਰਬੀ ਡੋਲ ਲੈ ਕੇ ਜਾਣੀ ਆ ਜਾ ਬਾਰਬੀ ਡੋਲ ਦੇਖੀ ਉਹ ਪ੍ਰੀਤ ਵਾਸਤੇ ਗੁੱਡੂ ਲੈ ਲੈ ਆ ਠੀਕ ਹੈ ਉਹਨੂੰ ਪਸੰਦ ਆਏ ਉਹਨੂੰ ਨਾ ਇਹਦੇ ਬਿਨਾ ਨੀਂਦ ਨਹੀਂ ਆਉਂਦੀ ਪ੍ਰੀਤ ਨੂੰ ਹੈਨਾ ਆ ਲੈ ਲਿਆ ਆਪਾਂ ਸਹਿਜੂ ਵਾਸਤੇ ਤੇ ਆ ਆ ਲੈਨੇ ਆ ਔਰੇਂਜ ਕਲਰ ਬੜਾ ਪਸੰਦ ਆ ਪ੍ਰੀਤ ਨੂੰ ਪ੍ਰੀਤ ਨੂੰ ਹੈਨਾ ਦਸ ਦੇ 3 ਗੋਲ ਗੱਪੇ ਸੀਗੇ 150 ਦੇ 2 ਹੈ ਜੇ 4 ਹੁੰਦੇ ਫਿਰ ਲੈਣ ਦੇ ਬਜਟ ਇੱਥੇ ਆਪਣਾ ਫੰਡ ਥੋੜਾ ਘਟ ਗਿਆ ਆਹ ਮੈਂ ਲੈ ਗਿਆ ਦੇਖੋ ਫੰਡ ਇੱਦੀ ਘਟ ਗਿਆ ਬਿੱਲਾ ਸਾਡੇ ਨਾਲ ਫੰਡ ਘਟ ਰਹਿੰਦੇ ਦਾ ਬਿੱਲਾ ਪੁਲਿਸ ਹੀ ਆਇਆ ਇਹ ਮੁੰਡਾ ਪੁਲਿਸ ਚ ਹੈ ਯਾਰ ਬਾਈ ਪੁਲਿਸ ਹੈ ਮੁੰਡਾ ਸਪੈਸ਼ਲੀ ਕੀਤਾ ਮੈਂ ਹੋਇਆ ਹੈ ਨਾ ਕੰਗ੍ਰੈਚੁਲੇਸ਼ਨ ਵੀਰੇ ਵਧਾਈਆਂ ਆਹ ਮੇਰੇ ਵੱਲੋਂ ਗਿਫਟ ਹੈ ਬਿੱਲੇ ਨੂੰ ਬਿੱਲੇ ਬਜਾਜ ਛੁਣ ਛਣਾ ਭਾਈ ਕੋਈ ਨਾ ਲੱਗਾ ਜਵਾਬ ਵਾਲਾ ਪ੍ਰੀਤ ਨੂੰ ਗਿਫਟ ਲੈ ਕੇ ਆਏ ਕੁਛ ਕਹਿਣਾ ਚਾਹੁੰਦਾ ਹੋਵੇ ਤੇਰੇ ਵਾਸਤੇ ਸਪੈਸ਼ਲ ਮੈਂ ਲੈ ਕੇ ਆਇਆ ਇੰਨੀ ਦੂਰ ਤੇ ਜਿਹਨੇ ਲਾਈਕ ਤੇ ਕਮੈਂਟ ਕਰਨਾ ਉਹੀ ਹੈ ਕਹਿੰਦੇ ਸਮਾਈਲ ਹੈ ਮੁੰਡੇ ਕੁਛ ਮਰੋੜ ਕੇ ਦੱਸ ਦੇ ਬੜੀ ਲੋ ਬਾਈ ਐਂਡ ਕਰੀਏ ਹੁਣ ਵਲੌਗ ਦਾ ਵੇਲੇ
दैट इज द एंड ऑफ आवर व्लॉग। व्लॉग कैसा दा लगया लाइक ते कमेंट करके जरूर दसना ते उन वाले व्लॉगर ने साडा चैनल गल सब्सक्राइब की सोना वाले ते चार शब्द सतविंदर वालों। सो तुसी सारे ने व्लॉग देखा होना, आई होप तुहानू वधिया लग्या, जिन्हों वधिया लग्या वो लाइक करो, शेयर करो ते सब्सक्राइब करो ते साडे चैनल नू की कह रहे भरा एंडिंग कर दे यार, कहना बिल्ला नहीं आ रहे यार। चलो भाई सो ऐसी करते हैं ब्लॉग की एंडिंग, दे सू इजाजत, मिलते हैं नैक्सट ब्लॉग के सारे जने लाइक करना नहीं भुलना, जो नवे सबसक्राइबर है जुड़े रहो साडे चैनल के नाल, होर भी इंट्रस्टिंग वीडियोज आने वाली ने ते जुड़े रहो। बेस्ट ऑफ लक एवरीवन, थैंक यू सो मच फॉर वॉचिंग द वीडियो। पीवी 16 वाले।